ਰਾਮ ਸਰੂਪ ਪਣਖੀ ਜੀ ਨੇ ਪਿੰਡਾਂ ਦੇ ਜੀਵਨ ਬਾਰੇ ਬਹੁਤ ਲਿਖਿਆ, ਉਹਨਾਂ ਦੇ ਨਾਵਲ ਜਿੰਨੇ ਵੀ ਨੇ, ਕਹਾਣੀਆਂ ਨੇ, ਪ੍ਰਤਾਪੀ ਆ, ਕੋਠੇ ਖੜਕ ਸਿੰਘ ਆ, ਦੁੱਲੇ ਦੀ ਢਾਬ ਆ, ਬਾਰਾਂ ਤਲੀ ਆ, ਜ਼ਮੀਨਾਂ ਵਾਲੇ ਆ, ਤੇ ਉਹਨਾਂ ਦੀਆਂ ਕਹਾਣੀਆਂ ਪਿੰਡਾਂ ਦੇ ਆਲੇ ਦੁਆਲੇ, ਖਾਸ ਤੌਰ ਤੇ ਬਰਨਾਲੇ ਤੋਂ ਉੱਪਰ ਤੇ ਬਠਿੰਡੇ ਦੇ ਸੰਨ ਦੇ ਵਿੱਚ ਹੀ ਫੂਲ ਮਹਾਰਾਜ ਦੇ ਏਰੀਏ ਦੇ ਵਿੱਚ ਤੁਰੀਆਂ ਫਿਰਦੀਆਂ। ਇਹ ਵੀ ਕਹਾਣੀ ਪਿੰਡਾਂ ਦੀ ਹੈ। ਧਰਤੀ ਦੇ ਦਰਵੇਸ਼ ਸੰਤੇ ਦਾ ਕਿਤੇ ਹੱਥ ਨਹੀਂ ਸੀ ਪੈ ਰਿਹਾ। ਦਿਆਲੋ ਨੇ ਸੰਤੇ ਦੇ ਛੋਟੇ ਭਾਈ ਨੂੰ ਵੀ ਪੁੱਛਿਆ, ਜੋਰੇ ਨੇ ਪੈਸੇ ਦੇਣੋਂ ਨਾਂਹ ਕਰ ਦਿੱਤੀ। ਸੰਤੇ ਨੇ ਸਰੀਰ ਆਪਣਾ ਤੋੜ ਕੇ ਛੋਟੇ ਭਾਈ ਨੂੰ ਪੜਾਇਆ, ਪੈਸੇ ਚ ਹੋ ਗਿਆ। ਛੋਟਾ ਭਾਈ ਪਟਿਆਲੇ ਜਾ ਕੋਠੀ ਪਾਈ, ਮੀਆਂ ਬੀਬੀ ਦੋਨੇ ਪੜਾਉਂਦੇ ਸੀ। ਸੰਤੇ ਵੱਲ ਮੁੜ ਕੇ ਨਾ ਝਾਕਿਆ ਤੇ ਸੰਤਾ ਬਹੁਤ ਰਗੜਾ ਕੇ ਬਹੁਤ ਉਸਨੇ ਗੁੱਸੇ ਚ ਦਿਆਲੋ ਨੂੰ ਕਿਹਾ, ਤੂੰ ਹੀ ਔਖਾ ਕਰਦੀ ਸੀ, ਦਿਓਰ ਹੈ ਹੁਣ ਜੇ ਖੁੱਚਾਂ ਤੜਵਾਈਆਂ ਹੁੰਦੀਆਂ ਡਲਿਆਂ ਚ, ਇਹਨੂੰ ਪਤਾ ਲੱਗਦਾ ਬੈਠਾ ਭੂਪਾ ਬਣਿਆ ਪਟਿਆਲੇ, ਹੁਣ ਦੱਸ ਕਿਹੜੇ ਖੂਹ ਜਾਈਏ। ਮੁੰਡੇ ਨੇ ਸਹੁਰੀ ਵਿਆਹ ਜਾਣਾ, ਕਰਨੈਲ ਦੇ ਛੋਟੇ ਸਾਲੇ ਦਾ ਵਿਆਹ ਸੀ, ਕਰਨੈਲ ਛੋਟਾ ਮੁੰਡਾ ਹੀ ਸੰਤੇ ਦਾ, ਤੇ ਹੀਲਾ ਕੋਈ ਨੀ ਸੀ ਬਣਦਾ। ਵਿਆਹ ਦੀ ਗੰਢ ਕੀ ਆਈ, ਬਹੂ ਨੂੰ ਚਾਅ ਚੜਿਆ ਪਿਆ, ਮੈਂ ਭਾਈ ਦੇ ਵਿਆਹ ਜਾਣਾ, ਜਵਾਕ ਪੋਤੇ ਜਿਹੜੇ ਸੰਤੇ ਦੇ ਸੀ ਉਹ ਰੌਲਾ ਪਾਉਂਦੇ ਫਿਰਨ। ਤੇ ਸਵੇਰੇ ਚੜੀ, ਰਾਤ ਨੂੰ ਗੱਲ ਲੰਘ ਗਈ। ਸਵੇਰੇ ਪਾਠੀ ਬੋਲਦੇ ਨਾਲ ਚਾਹ ਦਾ ਗਲਾਸ ਜਾਂ ਦਿਆਲੋ ਨੇ ਫੜਾਇਆ, ਨਾਲ ਮਾਵਾ ਦਿੱਤਾ। ਕੀ ਸੋਚਿਆ ਫੇਰ, ਕਾਹਦਾ? ਕੈਲੇ ਦੀ ਬਹੂ ਜਿੱਦ ਫੜੀ ਬੈਠੀ ਹੈ, ਅਖੇ ਮੈਂ ਬਹੂ ਮੁੰਡੇ ਨੂੰ ਵਧੀਆ ਕੱਪੜੇ ਲੈ ਕੇ ਜਾਣੇ ਆ। ਅੱਛਾ, ਕੱਪੜੇ ਤਾਂ ਫਿਰ ਕੈਲੇ ਦੇ ਜਵਾਕ ਵੀ ਨਵੇਂ ਭਾਲਣਗੇ, ਕੈਲਾ ਤੇ ਕੈਲੇ ਦੀ ਬਹੂ ਵੀ ਨਵੇਂ ਕੱਪੜੇ ਲਊਗੀ ਜਦੋਂ ਵਿਆਹ ਆ। ਫੇਰ ਤਾਂ ਫਿਰ ਕੱਪੜਿਆਂ ਦੇ ਮੂੰਹ ਹੀ ਸਾਡੀ ਤਾਂ ਧੂਸ ਨਿਕਲ ਜੂ। ਕਹਿੰਦੀ ਬਹੂ ਨੂੰ ਟੂਮ ਵੀ ਲੈ ਕੇ ਜਾਣੀ ਆ, ਇੰਨਾ ਕੱਪੜਾ ਤਾਂ ਬਾਣੀਆਂ ਨੇ ਆਧਾਰ ਨਹੀਂ ਦੇਣਾ, ਨਗਦ ਭਾੜੂ ਆ, ਕੁਛ ਨਾ ਕੁਛ ਪਹਿਲਾਂ ਵੀ ਉਹਦਾ ਨਾਮ ਆ ਸਿਰ ਤੇ ਖੜਾ, ਪਤਾ ਨੀ ਕਿੰਨਾ ਹਜ਼ਾਰ ਉਹ ਪੜਵਾ ਲਿਆਈ ਜਾਨੀ ਹੈ, ਕਦੇ ਹਿਸਾਬ ਕੀਤਾ ਉਹਦੇ ਨਾਲ? ਵਿੱਚੇ ਬੈਠਾ ਸੰਤਾ ਔਖਾ ਹੋ ਗਿਆ, ਤੂੰ ਚਾਹ ਪੀ, ਦੇਖ ਫਿਰ ਸਵੇਰੇ ਉੱਠ ਕੇ ਰੌਣਕੀਏ ਬਾਣੀਏ ਦਾ ਮੁੰਡਾ ਨਹਿਰੂ ਰੋਡੂ ਸ਼ਾਹ ਮੰਡੀ ਕੱਪੜੇ ਦੀ ਦੁਕਾਨ ਕਰਦਾ, ਉੱਥੋਂ ਆਉਂਦਾ ਸਮਾਨ, ਤੈਨੂੰ ਪਤਾ ਹੈ ਨਹਿਰ ਦਾ? ਹਾਂ ਪਤਾ ਹੈ ਮੈਨੂੰ, ਅਸੀਂ ਵੀ ਉੱਥੇ ਲੀੜੇ ਪੜਵਾ ਕੇ ਲਿਆਉਣੀ ਹੈ। ਦਿਨ ਚੜਿਆ, ਬਾਹਰ ਅੰਦਰ ਜਾ ਕੇ ਜਦ ਮੁੜ ਕੇ ਆਇਆ, ਕਰਨੈਲ ਆ ਕੇ ਬਹਿ ਗਿਆ। ਬਾਪੂ ਕੈੜਾ ਹੋ ਕੇ ਜਾਣਾ ਹੈ ਕਿ ਸਹੁਰੀ? ਨਾਲੇ ਮੈਂ ਸ਼ਗਨ ਦੇਣਾ 1100 ਰੁਪਈਆ। ਉਹ 1100 ਰੁਪਈਆ? ਤੇਰਾ ਦਿਮਾਗ ਠੀਕ ਆ ਤੇਰਾ? ਹੁਣ ਤੂੰ ਨਵਾਂ ਪ੍ਰਾਹੁਣਾ, ਵਿਆਹ ਨੂੰ ਤੇਰੇ ਨੂੰ 14 ਵਰੇ ਹੋ ਗਏ, ਹੁਣ ਮੈਂ ਫੁੱਫੜ ਬਣਿਆ ਵਿਆਹ, ਮੈਂ ਖਾਲੀ ਹੱਥ ਕਿਵੇਂ ਜਾਵਾਂ? ਮੈਂ ਇਹਨੂੰ ਲੈ ਕੇ ਜਾਣਾ, ਨਿੱਤ ਮਰਦੇ ਆ ਡਲਿਆਂ ਦੇ ਵਿੱਚ, ਹੁਣ ਮੈਨੂੰ ਇੱਥੇ ਮੇਰੀ ਨੀਵੀ ਨਾ ਕਰਾ ਦੀ। ਪੁੱਤ ਨੇ ਪਿਓ ਨੂੰ ਕਹਿਤਾ, ਘਰ ਵਾਲੀ ਨੇ ਘਰ ਵਾਲੇ ਨੂੰ ਕਹਿਤਾ, ਨੂੰ ਅੱਡ ਮੱਛਰੀ ਫਿਰੇ। ਸੰਤੇ ਨੂੰ ਆਪਣੇ ਦਿਨ ਯਾਦ ਆਉਣ ਲੱਗ ਗਏ, ਜਦ ਪਿਓ ਸਿਰ ਤੇ ਸੀ, ਜ਼ਮੀਨਾਂ ਜਾਇਦਾਦਾਂ ਖੁੱਲੀਆਂ ਸੀ, ਖਰਚੇ ਘੱਟ ਸੀ, ਤਾਂ ਘੋੜੀ ਰੱਖੀ ਹੋਈ ਸੀ ਜੱਟ ਦੀ, ਤੇ ਨਾਲ ਦਿਆਲੋ ਨੂੰ ਲੈ ਕੇ ਸਹੁਰੀ ਜਾਂਦਾ, ਦਿਆਲੋ ਨੂੰ ਬਿਠਾ ਕੇ ਆਪ ਕੋਲ ਤੁਰਿਆ ਜਾਂਦਾ। ਜਵਾਕ ਹੋ ਗਏ ਤਾਂ ਸਾਈਕਲ ਤੇ, ਇੱਕ ਮੂਹਰੇ ਇੱਕ ਗੋਦੀ, ਤੇ ਪ੍ਰਾਹੁਣਾ ਹੀ ਪ੍ਰਾਹੁਣਾ ਹੁੰਦੀ ਜਾਂ ਸਾਈਕਲ ਖੜਾਉਂਦਾ ਜਾ ਕੇ। ਅਖੀਰ ਸਾਰਾ ਦਿਨ ਹਦੇੜ ਬੁਣ ਚ ਰਿਹਾ, ਦੂਜੇ ਦਿਨ ਸੁਨੇਹਾ ਹੀ, ਦਿਲ ਕਰੜਾ ਕਰਕੇ ਚਾਹ ਦੇ ਨਾਲ ਟਾਂਗ ਕੇ ਸਿੱਧੀ ਹੋਈ ਬੱਸ ਚੜ ਗਿਆ। ਜਦ ਰੋਡੂ ਸ਼ਾਹ ਜਾ ਕੇ ਦੇਖਿਆ ਤਾਂ ਕੀਮਤੀ ਲਾਲ ਆੜਤੀ ਆ ਤੜਕੇ ਤੜਕੇ ਗੱਦੀ ਤੇ, ਵੱਡੇ ਸਿਰਾਣੇ ਦੀ ਢੂਹ ਲਾਈ ਬੈਠਾ, ਥੱਲੇ ਫਰਸ਼ ਤੇ ਦਰੀਆਂ ਵਿਛੀਆਂ, ਚਿੱਟੀਆਂ ਚਾਦਰਾਂ, ਕੀਮਤੀ ਲਾਲ ਕੰਬਲ ਦੀ ਬੁੱਕਣ ਮਾਰੀ ਬੈਠਾ, ਸਿਰ ਚ ਘਸਮੈਲਾ ਜਾਂ ਮਫਲਰ,
ਮਸਾਂ ਹੀ ਹੱਥ ਕੰਬਲ ਤੋਂ ਬਾਹਰ ਕੱਢਦਾ, ਗੁੜਗੁੜ ਕਰਕੇ ਹੁੱਕੇ ਦੀ ਘੁੱਟ ਭਰਦਾ। ਹੁੱਕੇ ਦੀ ਘੁੱਟ 'ਚ ਤੰਬਾਕੂ ਦਾ ਧੂੰਆਂ ਘੱਟ ਆਉਂਦਾ ਤੇ ਮੂੰਹ ਦੀਆਂ ਭਾਫਾਂ ਵੱਧ। ਆਵੇ ਸੰਤ ਸਿਆ ਬੈਠ, ਕੀਮਤੀ ਲਾਲ ਨੇ ਕਿਹਾ, ਅੱਜ ਕਿੱਧਰ ਸਵੇਰੇ ਸਵੇਰੇ ਹੀ? ਜਿਵੇਂ ਕਹਿੰਦੇ ਉਹਦੇ ਆਖੇ, ਬਾਹਮਣ ਬਿਨਾਂ ਗਤ ਨੀ, ਸਾਹ ਬਿਨਾਂ ਪਤ ਨੀ, ਬਸ ਆਪੇ ਹੀ ਜਾਣ ਲੈ ਤੂੰ। ਸੰਤ ਨਿੱਕਾ ਜਿਹਾ ਹੱਸਿਆ, ਕੀ ਪੀੜ ਪੈ ਗਈ? ਵੱਡੇ ਮੁੰਡੇ ਕਰਨੈਲ ਦੇ ਸਾਲੇ ਦਾ ਵਿਆਹ ਹੈ, ਸਮਝ ਲਾ 10,000 ਦਾ ਖਰਚਾ, ਨਿਰਣੀ ਸੰਨ ਹੈ ਤੇ ਘਰੇ ਇੱਕ ਦਵਾਨੀ ਨੀ ਅੜਿਆ, ਕੱਡਾ ਕੱਢ ਹੁਣ ਕਿਵੇਂ ਨਾ ਕਿਵੇਂ। ਸੰਤਾ ਸਿਆਂ, ਪੈਸੇ ਤੇਰੇ ਵੱਲ ਪਹਿਲਾਂ ਹੀ ਬਹੁਤ ਹੋਏ ਪਏ ਹੈ, ਫੇਰ ਹੁਣ ਦੱਸ ਕੀ ਕੀਤਾ ਜਾਵੇ, ਕਿੰਨੇ ਕੁ ਮੇਰੇ ਵੱਲ? ਤਾਂ ਮਨੀਮ ਦੱਸੋ, ਮੈਨੂੰ ਲੱਗਦਾ 2-2.5 ਲੱਖ ਹੈਗਾ ਤੇਰੇ ਵੱਲ। 2-2.5 ਲੱਖ? ਇੰਨੇ ਕਿਵੇਂ ਬਣ ਗਏ? ਦਿਖਾ ਦੂਗਾ ਵਹੀ ਕੱਢ ਕੇ ਆ ਕੇ, ਫੇਰ ਹੁਣ ਕੀ ਹੀਲਾ ਹੋਵੇ? ਕਿੰਨੇ ਨਾਲ ਸਰਦਾ? ਰੁਪਈਆ ਚਾਹੀਦਾ ਸੇਠਾ, 20,000। ਇਉਂ ਕਰ, 2.5 ਲੱਖ ਪਿਛਲਾ 20 ਇਹ ਪਾ ਲਾ, 3 ਕਿੱਲੇ ਮੈਨੂੰ ਦੇ ਦੇ ਤੇ ਗੱਲ ਨਿਬੇੜ ਦੀ ਕਰ, 3 ਕਿੱਲੇ ਗਹਿਣੇ ਕਰ। ਨਾ ਸੇਠ ਜੀ, 6 ਤਾਂ ਮੇਰੇ ਕੋਲ ਟੋਟਲ ਜ਼ਮੀਨ ਹੈ, 6 ਕਿੱਲੇ ਨੇ, 6 ਚੋਂ 3 ਤੈਨੂੰ ਦੇ ਕੇ ਤੇ ਮੈਂ ਤਾਂ ਪੱਟਿਆ ਜਾਊ, ਮੇਰੀ ਤਾਂ ਐਡੀ ਟੱਬਰੀ ਹੈ। ਫਿਰ ਭਾਈ ਹੁਣ ਹਿਸਾਬ ਦੇਖਿਆ ਕਰੋ, ਆਪਦੀ ਗਰਜ ਦੇਖਿਆ ਕਰੋ, ਪੈਸੇ ਝਾੜਾਂ ਨੂੰ ਤਾਂ ਲੱਗਦੇ ਹੈ ਨੀ, ਬਈ ਸੱਤੇ ਸੁੱਖੇ ਦੇ ਪੱਤੇ ਵਾਂਗੂ ਸੂਤ ਲਿਆਏ ਨਾਲ ਉਹ ਗੁੜ ਗੁੜ ਕਰੀ ਜਾਵੇ ਬੈਠਾ। ਹਿਸਾਬ ਕਿਤਾਬ ਅੰਦਰੋਂ ਲਾ ਰਿਹਾ ਸੀ, ਕੀਮਤੀ ਕਿਸੇ ਨੂੰ ਕੀ ਦਿੱਤਾ ਜਾ। ਮੁੰਡਾ ਬਹੂ ਨਾਸੀ ਧੂੰਆਂ ਦੇ ਹੀ ਬੈਠੇ ਨੇ, ਕਿੱਧਰ ਜਾਵਾਂ? ਕਬੀਲਦਾਰੀ ਨੀ ਸਿੱਧੀ ਹੋਣ ਦਿੰਦੀ, ਫਸਲ ਖਰਾਬ ਹੋ ਗਈ, 2 ਵਾਰ ਬਰਾਨ ਹੋ ਗਈ, ਮੈਂ ਕਿੱਥੇ ਜਾਵਾਂ? ਇਉਂ ਘਰ ਫਿਰ ਤੂੰ 20,000 ਮੰਗਦਾ, 20,000 ਲੈ ਲੈ, ਹੋਰ ਲੈ ਲੈ, ਪਰ ਕਿੱਲਾ ਜ਼ਮੀਨ ਲਿਖ ਦੇ। ਆਪਾਂ ਲਿਖਤ ਕਰ ਲਿਆ ਸਟਾਮ ਤੇ, ਸਾਰੀ ਲਿਖਤ ਪੜ੍ਹਤ, ਇਸੇ ਕਿੱਲੇ ਦੀ ਪੈਦਾਵਾਰ ਮੈਨੂੰ ਦੇਈ, ਮੈਂ ਹੋਰ ਨੀ ਕਿਸੇ ਦਿੰਦਾ, ਤੇਰੀ ਭਲ ਬਣੀ ਰਹੂ ਪਿੰਡ 'ਚ, ਤੇਰੇ ਤੇ ਮੇਰੇ ਸੰਨ 'ਚ ਰੱਬ ਹੈ, ਦੇਵੀ ਦੀ ਸਹੁੰ। ਪਰ ਪੇਪਰ ਤੋਂ ਬਿਨਾਂ, ਹੁਣ ਕਰਾਰਨਾਮੇ ਤੋਂ ਬਿਨਾਂ ਮੈਂ ਪੈਸਾ ਨੀ ਭਾਈ ਦੇ ਸਕਦਾ, 2.5 ਲੱਖ ਤੇਰੇ ਵੱਲ ਪਹਿਲਾਂ ਹੋਇਆ ਵੇ। ਰੌਲਾ ਪੈਂਦੇ ਹੀ 2 ਘੰਟੇ ਬਾਅਦ ਮੁਨੀਮ ਆ ਗਿਆ, ਲਿਖਤ ਪੜ੍ਹਤ ਹੋ ਗਈ। ਪਹਿਲੀ ਵਾਰ ਸੰਤੇ ਨੇ ਅੰਗੂਠਾ ਲਾਇਆ ਸਟਾਮ ਤੇ। ਕੀਮਤੀ ਲਾਲ ਤੋਂ 20,000 ਫੜ ਕੇ ਨੌਰ ਚੰਦ ਦੀ ਦੁਕਾਨ ਤੇ ਗਿਆ। ਨੌਰ ਚੰਦ ਮੱਖੀ ਨਾਲ ਸੰਘਰਸ਼ ਕਰ ਰਿਹਾ ਸੀ, ਆ ਮਹੀਨੇ 13ਵਾਂ ਮਹੀਨਾ ਕਹਿ ਲਓ ਚਾਹੇ, ਬਸ ਕੰਮ ਬਹੁਤ ਘੱਟ ਸੀ। ਜਦ ਸੰਤਾ ਅੰਦਰ, ਆਵੇ ਸੰਤਾ ਸਿਆ, ਕਿੱਧਰ ਚੱਕਰ ਮਾਰਿਆ ਮੱਡੀ ਦਾ? ਸੇਠਾ ਦੇਖ ਹਿਸਾਬ ਕਿਤਾਬ ਕੀ ਆਪਣਾ, ਕਿਹਾ ਕੀ ਕਿਹਾ? ਮੈਂ ਕਿਹਾ ਨਾਵਾਂ ਦੱਸ ਤੇਰਾ ਕਿੰਨਾ? ਦੋਵੇਂ ਨੌਕਰ ਮੁੰਡੇ ਨੌਰ ਚੰਦ ਦੇ ਕੋਲ ਖੜੇ। ਨੌਰ ਚੰਦ ਨੇ ਅੱਖਾਂ ਚੋਣੀ, ਨਾਵਾਂ ਪੁੱਛਣਾ ਵੀ ਹੈ ਕਿ ਦੇਣਾ? ਉਹ ਸੇਠਾ, ਤੂੰ ਕੀ ਸਮਝਦਾ ਮੈਨੂੰ? ਦੇਣਾ ਮੁੰਡੇ ਨੂੰ ਆਖ ਕੇ ਨੌਰ ਚੰਦ ਨੇ ਬਹੀ ਮੰਗਾਈ। ਸੰਤਾ ਸਿੰਘ ਥੰਮਣ ਸਿੰਘ ਵਾਲੇ ਦਾ ਖਾਤਾ 7,688 ਰੁਪਏ ਸੀ। ਓਏ ਇੰਨੇ? ਆ ਤਾਂ ਤੂੰ ਬਹੁਤ ਬਣਾਈ ਬੈਠਾ, ਇਹ ਤਾਂ ਹੈਰਾਨੀ ਹੋ ਗਈ। ਭਾਈ ਬੁੜੀਆਂ ਨੂੰ ਕਿਹਾ ਕਰੋ, ਜਦ ਪੜਵਾ ਕੇ ਜਾਂਦੀਆਂ, ਥਾਨ ਦਾ ਥਾਨ ਜਾਂਦਾ ਤੁਹਾਡੇ, ਓਏ ਥਾਨ ਨੂੰ ਸਾਡੇ ਉੱਥੇ ਰਾਮਲੀਲਾ ਲਾਈ ਵੀ ਹੈ, ਜਿਹਦੇ ਨਾਲ ਅਸੀਂ ਲੋਕਾਂ ਦੇ ਕੱਪੜੇ ਸਮਾ ਸਮਾ ਕੇ ਸਾਂਗ ਲਾਉਣਾ। 4 ਜੀ ਆ ਭੋਰਾ ਭਰ ਜਵਾਕ ਨੇ, ਕਿੰਨੇ ਜੀ ਹੋ ਤੁਸੀਂ? ਮੈਂ ਤੇ ਦਿਆਲੋ, ਕਰਨੈਲ ਤੇ ਜਨੈਲ, ਉਹਨਾਂ ਦੇ ਘਰ ਵਾਲੀਆਂ 6 ਤਾਂ ਤੁਸੀਂ ਹੋ ਗਏ। ਮੇਰੇ ਜਿਹੜੀ ਬਰੀ ਪਾਈ ਆ ਦੇਖ ਲੈ, ਆ ਮੇਰੇ ਤਾਂ ਦੇਖ ਪਾਏ ਕੀ ਹੋਏ ਨੇ, ਕਿਹੜੇ ਕੱਪੜੇ ਲੈ ਗਏ ਤੇ ਤੂੰ 7,000 ਬਣਾਈ ਬੈਠਾ? ਚੱਲ ਨਵੇੜ, ਤੂੰ ਇਉਂ ਕਰ, ਆ ਫੜ ਗੁੱਟੀ। 10,000 ਦੀ ਗੁੱਟੀ ਦਿੱਤੀ, ਅੱਧੇ ਰੱਖ ਲਾਏ ਚੋਂ। ਉਹਨੇ ਗਿਣ ਕੇ 5 ਕੱਢ ਕੇ 5 ਦੁਆਰਾ ਮੋੜਤੇ, ਬਾਕੀ ਉਹਨੇ ਹਿਸਾਬ ਕਿਤਾਬ ਲਾ ਕੇ ਲਿਖਤਾ ਵੀ ਇੰਨੇ ਤੇਰੇ ਵੱਲ ਹੋਰ ਵੱਧ ਗਏ। ਅੱਛਾ ਹੋਰ ਦੱਸ, ਕੱਪੜਾ ਦਵਾਂ ਕੋਈ? ਨਾ ਕੁੜਤੇ ਹੈਗੇ, ਸਾਰਾ ਕੁਛ ਹੈਗਾ। ਉਹ ਕੰਬਲ ਲੈ ਜਾ,
ਆ ਕੀ ਆ ਕਿਹੋ ਜਿਹਾ ਕੰਬਲ ਲਈ ਫਿਰਦਾ, ਇਹ ਤਾਂ ਵਿਹੜੇ ਵਾਲੇ ਨੀ ਲੈਂਦੇ, ਸੜਿਆ ਹੋਇਆ ਬੋਦਾ ਭੂਰਾ ਅਸਲੀ ਕੰਬਲ ਨੇ ਧਾਰੀ ਵਾਲ ਦੇ। ਨੌਰ ਨੇ ਨੌਰ ਚੰਦ ਨੇ ਮੁੰਡੇ ਨੂੰ ਇਸ਼ਾਰਾ ਕੀਤਾ, ਮਸਾਂ ਸਾਮੀ ਆਈ, ਦੇਖ ਰਜਾਈ ਲੈਣ ਦੀ ਲੋੜ ਨੀ, ਉੱਤੇ ਲੈ ਲਾ ਚਾਹੇ ਥੱਲੇ ਵਿਛਾ ਲਾ। ਕੰਬਲ ਖੋਲ ਕੇ ਸੰਤੇ ਦੇ ਪੱਟਾਂ ਤੇ ਰੱਖਤਾ, ਹੱਥ ਫੇਰਿਆ ਜਦ ਕਰੜੇ ਹੱਥਾਂ ਦੇ ਵਿੱਚ ਦੀ, ਜਦ ਕੰਬਲ ਲੰਘਿਆ ਹੱਥ ਫੇਰਿਆ ਉਹਨੂੰ ਐਂ ਲੱਗੇ ਜਿਵੇਂ ਘੋੜੀ ਦੀ ਪਿੱਠ ਤੇ ਹੱਥ ਫੇਰਦਾ ਹੁੰਦਾ। ਕਿੰਨੇ ਦਾ? 700 ਦਾ। ਨਾ ਬਾਈ ਮੈਂ ਤਾਂ ਨੀ। ਚੰਗਾ ਸਾਫਾ ਲੈ ਜਾ ਕੋਈ ਸਾਫਾ, ਚੱਲ ਇਹ ਦਿਖਾ, ਪਗੜੀ ਜਾਂ ਦੁਪੱਟਾ, ਰੂਬੀਆ ਜਾਂ ਮਲਬਲ। ਉਹ ਰੂਬੀਆ ਦੇ ਦੇ, ਮੋਢੇ ਵਾਲਾ ਸਮੋਸਾ ਦੇ ਇੱਕ ਨਾਲੇ, ਚਾਰਖਾਨਾ ਫੜਾਓ ਵਧੀਆ ਜਿਹਾ। ਨੌਰ ਚੰਦ ਖੁਸ਼ ਸੀ, ਹਟ ਕੇ ਚੀਜ਼ ਹੈ ਇੱਥੇ, ਇਹਦਾ ਫਰਕ ਹੈ ਬਹੁਤ। ਤੇੜ ਬੰਨ ਲੈ ਚਾਹੇ ਉੱਪਰ ਲੈ ਲੈ, ਨਹਾ ਕੇ ਪਿੰਡਾਂ ਪੂੰਝਣ ਨੂੰ ਹੈ, ਵਧੀਆ ਚਾਰਖਾਨਾ ਹੈ। 2 ਮੀਟਰ ਦੁਪੱਟਾ ਲੈ ਲਿਆ, ਪੱਗ ਲੈ ਲਈ, ਮੁੰਡੇ ਦੇ ਸਾਲੇ ਦਾ ਵਿਆਹ, ਘਰ ਵਾਲੀ ਤੇ ਨੂੰਹ ਆਊ, ਕੱਪੜੇ ਦੇ ਦੀ। ਚੰਗਾ ਦੇ ਦੂੰਗਾ। ਦੁਕਾਨ ਤੋਂ ਬਾਹਰ ਆ ਕੇ ਉਹਨੇ ਸਮਾਨ ਦੇਖਿਆ, ਥੰਬਣ ਵਾਲੇ ਨੂੰ ਜਾਣ ਵਾਲੀ ਕੋਈ ਮਿੰਨੀ ਬੱਸ ਨਹੀਂ ਸੀ ਖੜੀ ਹਲੇ। ਰਿਊੜਿਆਂ ਪਤਾਸਿਆਂ ਦੀ ਦੁਕਾਨ ਤੋਂ ਗੁੜ ਕੜਕ ਕੰਨ ਦੀ ਮਿੱਟੀ ਤੇ ਮਿੱਠੀ ਤੇ ਤਿੱਖੀ ਵਾਸ਼ਨਾ ਆ ਰਹੀ ਸੀ। ਮੰਡੀ ਆਇਆ ਜੋ ਅੱਖਾਂ ਨੂੰ ਲੈ ਚੱਲੀ, ਕੋਈ ਬਕਸੂਆ ਖੋਲਿਆ, 100 ਦਾ ਨੋਟ ਕੱਢ ਕੇ ਦੁਕਾਨਦਾਰ ਨੂੰ ਦਿੱਤਾ ਤੇ ਗੱਚਕ ਤੇ ਹੋਰ ਮਰੂੰਡਾ ਇਹੋ ਜਿਹਾ ਕੁਛ ਲੈ ਲਿਆ। ਸ਼ਰਾਬ ਦਾ ਠੇਕਾ ਮੂਹਰੇ ਸੀ, ਕਹਿੰਦਾ ਅਧੀਆ ਲੈ ਵੀ ਚੱਲੀਏ, ਅੱਜ ਸੌਣਾ ਵੀ ਹੈ, ਪਹਿਲੀ ਵਾਰ ਗੂਠਾ ਲਾਇਆ। ਬੱਸ ਫੜੀ, ਪਿੰਡ ਉਤਰਿਆ। ਪਿੰਡ ਘਰ ਜਾਣ ਤੋਂ ਪਹਿਲਾਂ ਪਿੰਡ ਵਾਲੀ ਦੁਕਾਨਦਾਰ ਕਸੂਰੀ ਦੀ ਹੱਟ ਵੱਲ ਨੂੰ ਹੋਇਆ। ਮੰਡੀ ਜਾ ਕੇ ਆਇਆ ਲੱਗਦਾ, ਕਸੂਰੀ ਨੇ ਕਿਹਾ। ਹਾਂ ਕਸੂਰੀ ਨਾਲ ਕੰਮ ਸੀ, ਉੱਥੇ ਦਿਨ ਲੱਗ ਗਿਆ। ਕੀ ਖਰੀਦ ਲਿਆ ਮੰਡੀਓ? ਉਹ ਕੁਛ ਨੀ ਲਿਆਇਆ, ਤੇਰੇ ਕੋਲੋਂ ਹੀ ਲਈਦਾ, ਤੂੰ ਕੀ ਦੇਖੀ ਜਾਂਦਾ? ਸੇਵਾ ਦੱਸ, ਆਪਣਾ ਨਾਵਾਂ ਦੇਖ ਕਸੂਰੀ। ਨਾਵਾਂ ਪੁੱਛਣਾ ਹੀ ਆ ਕਿ ਦੇਣਾ ਵੀ ਆ? ਉਹ ਦਊਂਗਾ, 6000 ਤੋਂ ਉੱਤੇ ਨੇ ਕੁਛ। ਸੰਤ ਨੇ ਮਨ ਚ ਵੱਡੀ ਬਹੂ ਤੇ ਛੋਟੀ ਨੂੰ ਗਾਲਾਂ 2 ਕੱਢੀਆਂ। ਕੁਛ ਨਾ ਕੁਛ ਮੰਗਾਉਂਦੀਆਂ ਰਹਿੰਦੀਆਂ, ਭੈਣ ਬੜੀ ਸਾਰੀ ਗਾ, ਉਹ ਕੁੜੀਆਂ ਨੂੰ ਗਾਲਾਂ ਕੱਢਦਾ ਕੱਢਾ ਨਾ। ਘਰ ਦੇ ਵਿੱਚ ਸਾਰਾ ਕੁਛ ਸ਼ਰਦਾ ਦੀ ਹਰ ਰੋਜ਼ ਜਵਾਕ ਹੱਟੀ ਨੂੰ ਭੇਜਦੀਆਂ ਨੇ, ਵੱਢਣ ਵਾਲੀਆਂ ਨੇ ਦੋਨੇ ਵੇਚਣਾ। ਗੁੱਸੇ ਹੋ ਗਿਆ ਬਹੁਤ। ਦੂਜੀ ਪਾਸਿਓਂ 10000 ਦੀ ਦੂਜੀ ਗੁੱਠੀ ਕੱਢੀ, ਲੈ ਕਰ ਅੱਧੇ ਲਗਣ ਲੈ। 5000 ਉਹਨੇ ਕੱਢ ਕੇ, 1000 ਰਹਿ ਗਿਆ ਤੇ ਉਹਦਾ ਨਿਬੇੜ ਕੇ ਘਰੇ ਆ ਕੇ ਜਦ ਬੈਠਕ ਚ ਵੜ ਗਿਆ, ਘਰਦਿਆਂ ਨੂੰ ਦੱਸਿਆ, ਬੈਠਕ ਚ ਪਿਆ। ਬੈਠਕ ਦੇ ਛੱਤ ਵੱਲ ਨੂੰ ਉੱਪਰ ਸਰਕੜੇ ਨੂੰ ਤੇ ਬਾਲਿਆਂ ਨੂੰ ਦੇਖ ਕੇ ਔਖਾ ਹੋ ਗਿਆ, ਰੋਣ ਲੱਗ ਗਿਆ ਮਨ ਚ ਵੀ ਪਿਓ ਦੀ ਜਾਇਦਾਦ ਅੱਜ ਪਹਿਲੀ ਵਾਰ ਗੂਠਾ ਲਵਾ ਕੇ ਲੈ ਕੇ ਆਇਆ। ਉੱਠਿਆ ਹੌਲੀ ਦੇ ਕੇ, ਗੜਬੀ ਪਾਣੀ ਦੀ ਭਰੀ, ਲਵਾਰੀ ਚੋਂ ਗਲਾਸ ਕੱਢਿਆ, ਪਊਆ ਦਾਰੂ ਦਾ ਪਾ ਕੇ ਅੰਦਰ ਸਿੱਟ ਲਿਆ। ਫੇਰ ਮਨ ਦੇ ਵਿੱਚੋਂ ਜਾਵੇ ਨਾ ਪਿਓ ਦੀ ਜਾਇਦਾਦ ਲਿਖਤੀ, ਅਖੀਰ ਅੱਖਾਂ ਦੇ ਕੋਇਆਂ ਚੋਂ ਪਾਣੀ ਦਿਸਣ ਲੱਗਿਆ। ਦਿਆਲੋ ਆ ਕੇ ਬੰਦਰ ਬੜੀ, ਤੂੰ ਕਰਦਾ ਆਇਆ ਬੈਠਾ, ਦੱਸਿਆ ਨੀ ਚਾਹ ਪਾਣੀ ਪੀ ਲੈਂਦਾ, ਤੂੰ ਤਾਂ ਰੋਈ ਜਾਂਦਾ, ਤੈਨੂੰ ਕੀ ਹੋਇਆ? ਆ ਫੜ ਰਿਓੜੀਆਂ ਤੇ ਗੱਚਕਾਂ ਜਵਾਕਾਂ ਨੂੰ ਦੇ ਦੇ, ਤੇ ਆ ਫੜਾ ਫੜ ਉਹਨੂੰ ਦੇ 5000 ਰੁਪਈਆ ਆਪਣੇ ਪੁੱਤ ਨੂੰ, ਮਹਾਰਾਜਾ ਪਟਿਆਲੇ ਨੂੰ ਉਹਨੇ ਵਿਆਹ ਜਾਣਾ। ਕਿੱਥੋਂ ਲਿਆਂਦੇ ਇੰਨੇ ਰੁਪਈਏ? ਸੰਤੇ ਨੇ ਤਾਂ ਮਾਰੀ, ਕਾਹਨੂੰ ਪੁੱਛਦੀਆਂ ਪਾਪਣੇ, ਨਾ ਪੁੱਛ, ਜ਼ਮੀਨ ਗਹਿਣੇ ਕਰਕੇ ਆਇਆ, ਹੋਰ ਕੀ ਕਰਨਾ। ਮੁੰਡੇ ਵਿਆਹ ਚਲੇ ਗਏ, ਸਾਰਾ ਕੁਛ ਹੋ ਗਿਆ। ਘਰ ਦੇ ਵਿੱਚ ਇੱਕ ਦਿਨ ਧੀ ਜਿਹੜੀ ਹੈ ਜਵਾਨ ਹੋ ਰਹੀ ਸੀ, ਉਸ ਦੇ ਨਾਲ ਗੱਲਾਂ ਕਰਦੇ ਕਰਦੇ ਗੇਲੋ ਦੇ ਨਾਲ ਬੜੀ ਭਰਜਾਈ ਨੇ ਮਿਹਣਾ ਮਾਰਤਾ, ਐਡੀ ਬੜੀ ਹੋਈ ਫਿਰਦੀਆਂ, ਤੇਰਾ ਵਿਆਹ ਨੀ ਕਰਦਾ ਤੇਰਾ ਪਿਓ ਹਲੇ, ਤੇਰੇ ਨਾਲ ਦੀਆਂ ਦੇ ਜਵਾਕ ਹੋਏ ਨੇ। ਗੇਲੋ ਉਸ ਗੱਲ ਤੇ ਔਖੀ ਹੋ ਗਈ। ਸਿੱਧੀ ਉਹ ਗੱਲਾਂ ਕਰਦੀ ਕਰਦੀ ਆਪਣੀ ਮਾਂ ਨੂੰ ਕਹਿੰਦੀ, ਜ਼ਮੀਨ ਰੱਖ ਦਿਓ ਚਾਹੇ,
ਚਾਹੇ ਕੁਛ ਕਰ ਦਿਓ ਮਗਰੋਂ ਛਡਾਈ ਜਾਇਓ, ਮੇਰਾ ਵਿਆਹ ਕਰ ਬੇਬੇ। ਕੋਈ ਨਾ ਭਾਈ ਗੇਲੋ, ਜਰਾਂਦ ਕਰ ਜਿੱਥੇ ਹੋਰ ਤਾਂ ਹੋਰ, ਬਸ ਹੁਣ ਦੰਦਾਂ 'ਚ ਜੀਵ ਆ, ਇੱਕ ਅੱਧਾ ਸਾਲ ਜਾਂਦਾ ਤੇਰੇ ਵਿਆਹ ਨੂੰ, ਚਾਹੇ ਕੋਈ ਹੂਲਾ ਫੱਕੀਏ ਕਰਾਂਗੇ, ਨਹੀਂ ਮੈਂ ਕੋਈ ਖੂਹ ਖਾਤਾ ਗੰਦਾ ਕਰ ਦਊ, ਫਿਰ ਮੈਨੂੰ ਮਿਹਣੇ ਨੀ ਸੁਣੇ ਜਾਂਦੇ। ਪੁੱਤ ਕੀ ਨੇ ਮਿਹਣੇ ਮਾਰੇ ਨੇ? ਆ ਤੇਰੀ ਨੂੰਹ ਨੇ ਬੜੀ ਨੇ, ਲਾਡਲੀ ਨੇ, ਜਿਹਨੂੰ 5000 ਦੇ ਕੇ ਘੱਲਿਆ ਸੀ। ਕੀ ਕਹਿੰਦੀ ਮੈਨੂੰ? ਕਹਿੰਦੀ ਤੂੰ ਇੰਨੀ ਜਵਾਨ ਹੋ ਗਈ, ਤੇਰੇ ਨਾਲ ਦੀਆਂ ਦੇ ਜਵਾਕ ਹੋ ਗਏ, ਤੂੰ ਵਿਆਹ ਨੀ ਕਰਾਇਆ ਹਲੇ, ਕਿਉਂ ਨੀ ਕੁੜੇ? ਤੂੰ ਕਿਉਂ ਕਿਹਾ? ਮੈਨੂੰ ਤਾਂ ਇੱਥੇ ਖੜੀ ਹੋ ਮੈਂ ਮਰ ਜਾ, ਮੈਨੂੰ ਭਾਈਆਂ ਦੀ ਸੌਂ। ਪਤਾ ਨੀ ਕਿਹੜੀ ਕਵੀ ਸ਼ਰੀ ਫਿਰ ਨੂੰ ਕਹਿਣ ਲੱਗ ਗਈ, ਪਰ ਗੱਲ ਸੱਚ ਸੀ। ਗੇਲੋ ਦੇ ਨਾਲ ਦੀਆਂ ਜਿਹੜੀਆਂ ਉਹ ਵਿਆਹੀਆਂ ਗਈਆਂ, ਆਥਣੇ ਵੱਡੀ ਰਾਤ ਦਿਆਲੋ ਸੰਤੇ ਕੋਲ ਬੈਠੀ ਬੈਠਕ ਚ। ਹੁਣ ਫਿਰ ਕੀ ਕਰਨਾ ਪਊ? ਜਵਾਕ ਜਵਾਕੜੀ ਆ, ਕਿਤੇ ਸਿਆਪਾ ਨਾ ਖੜਾ ਕਰਦੇ ਹੁਣ ਵਿਆਹ। ਵਿਆਹ ਕਿੱਥੋਂ ਕਰੀਏ? ਦਵਾਨੀ ਜੇਬ ਚ ਹੈ ਨੀ, 6 ਕਿੱਲਿਆਂ ਦੀ ਪੈਦਾਵਾਰ ਚੋਂ ਇੱਕ ਤਾਂ ਲੈ ਗਿਆ, 5 ਨਾਲ ਕੀ ਬਣੂ? 10 ਜੀ ਨੇ ਬਾਣੀਏ ਨੇ ਤੋਂ ਪੁੱਛ, ਬਾਣੀਏ ਨੇ ਹੁਣ ਕਿੱਥੇ ਦੇਣਾ? ਬਾਣੀਏ ਨੇ ਤਾਂ 20,000 ਨੀ ਦਿੱਤਾ ਜਦ ਅੰਗੂਠਾ ਦਵਾਇਆ। ਕੀਮਤੀ ਲਾ ਲੇ ਕੰਮ ਆਊ, ਉੱਥੇ ਹੀ ਜਾ ਫਿਰ। ਹੁਣ ਕੀਮਤੀ ਜ਼ਮੀਨ ਮੰਗੂ, ਜ਼ਮੀਨ ਮੰਗਦਾ, ਜ਼ਮੀਨ ਦਿਓ ਫਿਰ, ਆਪਾਂ ਕਿੱਥੋਂ ਖਾਵਾਂਗੇ? ਮੈਂ ਧੀ ਦੀ ਮਾਂ, ਮੇਤੇ ਨੀ ਦੇਖ ਹੁੰਦਾ ਦੁੱਖ, ਕੱਲ ਦੀਆਂ ਆਈਆਂ ਮੇਰੀ ਧੀ ਨੂੰ ਮਿਹਣੇ ਦਿੰਦੀਆਂ। ਮੈਂ ਵੀ ਪਿਓ ਆ, ਮੈਂ ਕੀ ਕਰਾਂ? ਦੂਜੇ ਦਿਨ ਮਿੰਨੀ ਬੱਸ ਆਉਣ ਤੋਂ ਪਹਿਲਾਂ ਬੋਰ ਥੱਲੇ ਖੜਾ ਟੈਂਪੂ ਚੜ ਗਿਆ ਸਿੱਧਾ ਕੀਮਤੀ ਲਾਲ ਦੇ ਸਵੇਰੇ। ਸੰਤਾ ਸਿੰਘ ਕਿਵੇਂ ਦੱਸ ਦਿੰਦੇ ਤੜਕੇ ਤੜਕੇ? ਕੀਮਤੀ ਲਾਲ ਗੱਦੀ ਤੇ ਵੱਡੇ ਸਿਰਾਣੇ ਦੀ ਢੂਹ ਲਾਈ ਬੈਠਾ ਹੋਊਗਾ। ਇਹ ਗੱਦੀਆਂ ਤੇ ਆਹ ਸਰਾਣੇ, ਆਹ ਕੀਮਤੀ ਲਾਲ ਤੇ ਆਹ ਹੁੱਕਾ, ਉਹ ਜੱਟਾ ਉਹ ਮਰ ਗਏ ਹੋਏ, ਸੰਤੇ ਨੇ ਕਿਹਾ। ਇਹਨਾਂ ਦੀਆਂ ਜਿਹੜੀਆਂ ਢੂਈਆਂ ਚਿੱਟੀਆਂ ਹੁੰਦੀਆਂ ਜਾਂਦੀਆਂ, ਤੇ ਉਹਨੇ ਹੱਥਾਂ ਦੀਆਂ ਦੋਨਾਂ ਦੀਆਂ ਵਿਆਹੀਆਂ ਪਾਰਟੀਆਂ ਦੇਖੀਆਂ, ਪੈਰਾਂ 'ਚ ਚੱਪਲਾਂ ਚੱਪਲਾਂ ਤੇ ਪਿਛਲੇ ਬੰਨੇ ਅੱਡੀ ਦੇ ਵਿੱਚ ਲਾਈਨਾਂ ਦੇਖ ਕੇ ਉਹਨੇ ਆਪਣੇ ਆਪ ਨੂੰ ਗਾਲ ਕੱਢੀ। ਕੀਮਤੀ ਲਾਲ, ਲਾਲਾ ਜੀ, ਹਾਂ ਦੱਸ, ਵਿਆਹ ਰੱਖਤਾ ਕੁੜੀ ਦਾ, ਫਿਰ ਮੈਂ ਕੀ ਕਰਾਂ? ਬਸ ਕਰਨਾ ਕੀ ਆ ਜੀ, ਬਹੁਤ ਔਖੇ ਆ ਹੁਣ, ਹੀਲਾ ਕੋਈ ਕੁਛ ਨਾ ਕੁਛ। ਕਿੰਨਾ ਖਰਚਾ? 2.5 ਲੱਖ ਤਾਂ ਤੇਰੇ ਵੱਲ ਪਹਿਲਾਂ। ਵਿਆਹ ਨੂੰ ਕਿੰਨਾ ਮੰਗਦਾ? ਨਾ ਕੋਈ ਟੂਮ ਆ, ਨਾ ਕੋਈ ਕੱਪੜਾ ਘਰ ਦੇ ਵਿੱਚ, ਛੋਟੇ ਛੋਟੇ, ਲੱਖ ਤਾਂ ਚਾਹੀਦਾ ਹੀ ਹੈ। ਫਿਰ ਕਿੰਨਾ ਹੋ ਗਿਆ ਦੇਖ ਲਾ ਟੋਟਲ? 2.5, 2.70, 2.75 ਹੋ ਗਿਆ ਭਾਈ, 2.75 ਹੋ ਗਿਆ ਤੇਰੇ ਵੱਲ। ਇਉਂ ਕਰ ਫਿਰ, ਜ਼ਮੀਨ ਅੱਧੀ ਦੇ, ਅੱਧੀ ਜ਼ਮੀਨ ਹੈ ਕਿਵੇਂ ਦੇ ਦੇਵਾਂ ਜੀ? ਮੇਰੇ ਕੋਲ ਤਾਂ 6 ਕਿੱਲੇ ਨੇ, ਤੈਨੂੰ 12 ਨਹੀਂ ਆਉਂਦੇ। 12 ਕਿੱਥੇ? 6 ਭਾਈ ਦੇ ਨੇ, ਪਟਿਆਲੇ ਵਾਲਾ ਉਹ ਮੰਗਦਾ, ਉਹਨੂੰ ਵੀ ਚਾਹੀਦੇ ਨੇ ਹਲੇ ਇੰਨੇ ਪੈਸੇ ਵਾਲੇ ਨੂੰ। ਹਾਂ, ਜ਼ਮੀਨ ਕਿੱਥੇ ਛੱਡਦਾ? ਇਉਂ ਕਰ ਫਿਰ, ਇੱਕ ਹੋਰ ਕਰਦਿਆਂ ਗੱਲ, ਟਰੈਕਟ ਲੈ ਰਿਹਾ ਤੈਨੂੰ। ਲਾਲਾ ਜੀ, ਟਰੈਕਟ ਮੈਂ ਕੀ ਕਰਨਾ? ਗੱਲ ਤਾਂ ਕੁੜੀ ਦੇ ਵਿਆਹ ਦੀ ਆ। ਉਹ ਭਾਈ, ਟਰੈਕਟ ਨਾਲ ਕੁੜੀ ਦਾ ਵਿਆਹ ਹੋਊ? ਉਹ ਕਿਵੇਂ? ਬੈਂਕ ਤੋਂ ਤੈਨੂੰ ਕਰਜ਼ਾ ਦਵਾ ਦੇਣਾ, ਟਰੈਕਟ ਦਾ, ਟਰੈਕਟ ਤੈਨੂੰ ਮਿਲ ਜੂ, ਬੈਂਕ ਕਰਜ਼ੇ ਦੀ ਚੈੱਕ ਕੰਪਨੀ ਨੂੰ ਦੇ ਦੂ, 20,000-30,000 ਦਾ ਘਾਟਾ ਪੈ ਗਿਆ, ਟਰੈਕਟ ਦੂਜੇ ਦਿਨ ਵੇਚ ਦਿੰਦੇ, ਮੰਡੀ ਲੱਗਦੀ ਆ ਟਰੈਕਟ ਦੀ ਬਰਨਾਲੇ ਨੇੜੇ ਐਤਵਾਰ ਨੂੰ। ਤੇ ਉਹ ਬੈਂਕ ਵਾਲੇ ਲੋਨ ਕਿਵੇਂ ਦਿੰਦੇ ਆ? ਉਹ ਸਾਡਾ ਕੰਮ ਹੈ, ਮੇਰਾ ਮੁੰਡਾ ਸਾਰਾ ਕੰਮ ਕਰਾਉਂਦਾ, ਤੂੰ ਫਿਕਰ ਨਾ ਕਰ। ਗੱਲ ਕੀ? ਕਾਗਜ਼ ਪੱਤਰ ਲਿਆ, ਕਾਗਜ਼ ਪੱਤਰ ਲੈ ਕੇ ਚੌਥੇ ਤੀਜੇ ਚੌਥੇ ਦਿਨ ਜਮ੍ਹਾਂ ਮੰਦੀ ਲੈ ਕੇ ਸੰਤਾ ਮੁੜ ਗਿਆ, ਤੇ ਹੀਰ ਡੀਲਰ ਨੇ ਦੇ ਨਾਂ 2,40,000 ਦਾ ਬੈਂਕ ਨੇ ਕਰਜ਼ਾ ਦਿੱਤਾ। ਚੈੱਕ ਮਿਲਦੇ ਡੀਲਰ ਨੇ ਟਰੈਕਟ ਦੀਆਂ ਚਾਬੀਆਂ ਸੰਤ ਨੇ ਫੜਾਤੀਆਂ, ਛੋਟਾ ਮੁੰਡਾ ਜਰਨੈਲ ਟਰੈਕਟ ਲੈ ਕੇ ਗਿਆ ਸੀ ਉੱਥੋਂ ਸਿੱਧਾ ਬਰਨਾਲੇ ਮੰਡੀ ਨੂੰ, ਤੇ ਜਾ ਕੇ ਪਹਿਲੇ ਦਿਨ
ਟਰੈਕਟਰ 30,000 ਸਸਤਾ, 2,10,000 ਦਾ ਵੇਚਤਾ ਤੇ 30,000 ਦੇ ਕਰੀਬ ਬੈਂਕ ਦਾ ਖਰਚਾ, ਤਹਿਸੀਲਦਾਰ ਮੈਨੇਜਰ ਉਹ ਲੈ ਗਏ, 30 ਉਹਨਾਂ ਨੂੰ ਦੇਤਾ ਤੇ ਰਹਿ ਗਿਆ 1,80,000 ਉੱਪਰਲਾ 80,000 ਜਿਹੜਾ ਉਹ ਲਾਲੇ ਨੇ ਮੁੰਡੇ ਨੇ ਰੱਖ ਲਿਆ। 80 ਤੇਰੇ ਵੱਲ ਅਸੀਂ ਜਿਹੜਾ 2 ਸਾਡੇ ਵੱਲ ਤੇਰੇ ਵੱਲ 70 ਹੈ ਉਹਦੇ ਵਿੱਚ ਪਾ ਦਿੰਦੇ, 2 ਤੇਰੇ ਵੱਲ ਰਹਿ ਗਿਆ, ਆਹ ਫੜ 1,00,000 ਤੇ ਕੁੜੀ ਦਾ ਕਰ ਵਿਆਹ। ਕੁੜੀ ਦਾ ਵਿਆਹ ਕਰਤਾ, ਵਿਆਹ ਕਾਹਦਾ ਕਰਤਾ, ਘਰ ਹੂੰਜ ਕੇ ਲੈ ਗਈ ਕੱਪੜਾ ਸਾਰਾ ਮੰਡਾ ਰੋਡੂ ਸ਼ਾਹ ਦੀ ਨੌਰਚੰਦ ਦੀ ਦੁਕਾਨ ਤੋਂ ਆਇਆ, ਗੇਲੋ ਦੇ ਕੁੱਲ ਦਾਜ ਦਾ ਕੱਪੜਾ ਲੀੜਾ ਸਾਰਾ ਕੁਛ, ਸਾਰਾ ਸਮਾਨ ਤੇ ਗੱਲ। 3 ਫਸਲਾਂ ਖਰਾਬ ਹੋ ਗਈਆਂ ਤੇ 3 ਫਸਲਾਂ ਦੇ ਕਰਕੇ ਟਰੈਕਟਰ ਦੀਆਂ ਕਿਸ਼ਤਾਂ ਟੁੱਟ ਗਈਆਂ, ਮੈਨੇਜਰ ਗੇੜੇ ਕੱਢਣ ਲੱਗ ਗਏ। ਕਰਿਆੜ ਜਿਹੜਾ ਨੌਰਚੰਦ ਸੀ ਉਹਦਾ 30,000 ਦਾ ਕੱਪੜਾ ਇੱਕ ਦਿਨ ਸਵੇਰੇ ਆ ਕੇ ਦਰਵਾਜ਼ੇ 'ਚ ਬਹਿ ਕੇ ਪਿੱਟਣ ਲੱਗ ਗਿਆ। ਕਿਸੇ ਨੇ ਦੱਸਤਾ ਸੰਤਾ ਡਾਂਗ ਲੈ ਕੇ ਪਿਆ, ਖੜ ਤੈਨੂੰ ਦਮਾ ਕਰਿਆੜਾ ਗਪੌੜ, ਤੈਨੂੰ ਹੁਣੇ ਖੜ ਜਾ ਸਵੇਰੇ। ਉਹਨੇ ਡਾਂਗ, ਉਹ ਭਾਈ ਡਾਂਗ ਨੀ ਮਾਰਨੀ, ਪੈਸਾ ਦੇਣਾ, 30,000 ਲੈਣਾ ਤੇਤੋਂ। ਹਲੇ ਗੱਲ ਕਰਦਾ ਸੀ ਨੌਰਚੰਦ ਤੇ ਉਹਦੇ ਦਿਮਾਗ ਦੇ ਵਿੱਚ ਆ ਕੇ ਬੈਂਕ ਵਾਲਿਆਂ ਦੀ ਆ ਕੇ ਕਾਰ ਖੜ ਗਈ। ਸੰਤਾ ਸਿਉਂ ਕੌਣ ਹੈ? ਦਰਬਾਰਾ ਸਿਉਂ ਦਾ ਮੈਂ ਆ ਜੀ। ਟਰੈਕਟਰ ਦਾ ਕਰਜ਼ਾ ਤੂੰ ਲਿਆ? ਹਾਂ ਮਾਪਿਓ ਮੈਂ ਲਿਆ। ਕਿੱਥੇ ਕਿੰਨਾ ਲਿਆ? 2,40,000। ਕਿੰਨਾ ਚਿਰ ਹੋ ਗਿਆ ਜੀ? 2 ਸਾਲ ਹੋ ਗਏ। ਫਿਰ ਤੇਰੇ ਪਿਓ ਦਾ ਪੈਸਾ ਤੂੰ ਮੋੜਦਾ ਨੀ ਓਏ? ਤੀਜੀ ਕਿਸ਼ਤ ਦੇ ਕੇ ਨੀ ਗਿਆ ਸਾਡਾ ਬੰਦਾ? ਤੇਰੇ ਕੋਲ 3 ਗੇੜੇ ਮਾਰ ਗਿਆ, ਤੂੰ ਸੁਣਦਾ ਹੀ ਨੀ। ਉਹ ਮਹਾਰਾਜ ਐਤਕੀ ਮੈਂਸ ਮਰ ਗਈ ਸੀ, ਨਵੀਂ ਮੈਂਸ ਲੈਣ ਲੱਗਿਆ ਉਧਰੋਂ ਬਹੂ ਦੀ ਰਸੌਲੀ। ਬਹੂ ਦੀ ਰਸੌਲੀ ਜਾਂ ਮੈਂਸ, ਇਹ ਗੱਲ ਨਾ ਕਰ, ਪੈਸਿਆਂ ਦਾ ਦੱਸ ਹੀਲਾ ਕੀ ਹੈ? ਜੇ ਮੁੜ ਕੇ ਕਿਤੇ ਨਹੀਂ ਤਾਂ ਜਲੂਸ ਨਿਕਲੂ। ਟਰੈਕਟ ਕਿੱਥੇ ਆ? ਟਰੈਕਟ ਤਾਂ ਜੀ ਵੇਚਤਾ। ਅੱਛਾ ਚੰਗਾ, ਫਿਰ ਲਿਆਉਂਦੇ ਆ ਥਾਣਾ ਕੱਲ ਨੂੰ। ਸੰਤਾ ਭੱਜ ਕੇ ਮੈਨੇਜਰ ਦੇ ਪੈਰੀ ਪਿਆ, ਧੌਲ ਦਾੜੀ ਆ ਸੰਤਾ ਤੇ ਚੜ੍ਹਦੀ ਰੇਸ ਦਾ ਮੈਨੇਜਰ ਬਰਾਬਰੋਂ ਦਿਆਲੋ ਨੇ ਫੜਿਆ, ਆਇਆ ਨਾ ਕਰ, ਆਹ ਕੀ ਕਰਦਾ ਤੂੰ? ਗੱਲ ਕੀ? ਸਵੇਰੇ ਸਵੇਰੇ ਦੂਜੇ ਦਿਨ ਉੱਠਿਆ, ਚਾਹ ਪੀਤੀ, ਸਵੇਰੇ ਕੰਡਾ ਅੰਦਰ ਸਿੱਟਿਆ, ਰੋਟੀ ਪੱਕਦੀ ਸੀ, ਹੌਲੀ ਦੇ ਕੇ ਉਹ ਮੰਡੀ ਨੂੰ ਚੜ੍ਹ ਗਿਆ। ਮੰਡੀ ਉਹ ਕੀ ਕਰਦਾ ਫਿਰਦਾ ਸੀ ਪਤਾ ਨੀ, ਤੇ ਮੰਡੀ ਚ ਗੇੜੇ ਖੜਦਾ ਫਿਰੀ ਗਿਆ, ਬੱਸ ਅੱਡਿਆ ਖੜ ਗਿਆ, ਟਿੱਬਾ ਥੰਮਣ ਵਾਲਾ ਕਾਨੇ ਕੇ ਭੈਣੀ ਜੇ ਸੱਤ ਨੌਲਾ ਚੜੋ ਬਈ, ਮਿੰਨੀ ਬੱਸ ਅੰਦਰ ਗੱਲਾਂ ਚੱਲੇ ਸੀ। ਜਦ ਬੈਂਕ ਮੈਨੇਜਰ ਦੀ ਗੱਲ ਉਹਨੂੰ ਸੁਣਦੀ ਕੰਨਾਂ ਦੇ ਵਿੱਚੋਂ ਕੰਨਾ ਬੋਲਾ, ਮੈਂ ਵੀ ਜੜਦਾ ਪੁੱਤ ਆ, 10 ਦਿਨਾਂ ਦੇ ਅੰਦਰ 3 ਕਿਸ਼ਤਾਂ ਇਕੱਠੀਆਂ ਭਰ ਦੂ। ਇੰਨੀ ਗੱਲ ਆਪ ਬੋਲਦਾ ਤੇ ਮੂਹਰੇ ਮੈਨੇਜਰ ਦੀ ਗੱਲ ਆਉਂਦੀ, ਜੇ ਨਾ ਪੈਸੇ ਆਏ ਸਾਰਾ ਟੱਬਰ ਘਲਾੜੀ ਪੀੜੂ ਨਾਲੇ ਲਿਜਾਊ, ਬੰਨ ਕੇ ਦਾਲ ਸਾਰਾ ਡੰਗਰ ਮਾਲ ਤੇ ਸਾਰਾ ਸਮਾਨ। ਉਹਦੇ ਕੰਨ ਬੋਲੇ ਹੋ ਗਏ ਤੇ ਉਹਦੇ ਬਾਅਦ ਤੁਰਿਆ ਜਾਂਦਾ, ਪਤਾ ਨੀ ਉਹਦੇ ਮਨ ਦੇ ਵਿੱਚ ਕੀ ਆਇਆ। ਦਵਾਈਆਂ ਵਾਲੀ ਦੁਕਾਨ ਸਾਹਮਣੇ ਉਸਨੂੰ ਦਿਖੀ, ਖੇਤੀਬਾੜੀ ਦੀਆਂ ਦਵਾਈਆਂ ਵਾਲੀ ਦੁਕਾਨ ਤੋਂ ਉਹਨੇ ਕੁਛ ਨਾ ਕੁਛ ਪਤਾ ਨੀ ਕੀ ਲਿਆ। ਪਿੰਡ ਉਤਰਿਆ, ਸਿੱਧਾ ਖੇਤ ਦੀ ਮੋਟਰ ਵੱਲ ਹੋ ਗਿਆ। ਆਲੇ ਦੁਆਲੇ ਦੇ ਖੇਤਾਂ 'ਚ ਲੋਕ ਕੰਮ ਕਰ ਰਹੇ ਸੀ, ਜਰਨੈਲ ਤੇ ਕਰਨੈਲ ਉੱਥੇ ਸੀ ਤੇ ਮੋਟਰ ਦੇ ਕੋਠੇ ਅੰਦਰ ਪਾਣੀ ਦਾ ਤੌੜਾ ਪਏ। ਸੰਤੇ ਨੇ ਪਾਣੀ ਦਾ ਗਲਾਸ ਪੀਤਾ, ਨਿੰਬੂ ਦੀ ਛਾਂ ਥੱਲੇ ਪੈ ਗਿਆ, ਥੱਲੇ ਤੇੜ ਵਾਲਾ ਚਾਦਰਾ ਵਿਛਾ ਲਿਆ। ਮੁੰਡੇ ਕਾ ਕੇ ਹੱਥ ਨੇ ਕਹਿੰਦੇ, ਬਾਪੂ ਚੱਲੀਏ, ਤੁਰ ਉੱਠ, ਚਲੋ ਤੁਸੀਂ ਆਉਣਾ ਮੱਲਾ ਮੈਂ। ਉਹ ਦਿਸਨੋਂ ਹਟ ਗਏ, ਮੋਟਰ ਦੇ ਕੋਠੇ ਵੱਲ ਗਿਆ, ਕੋਠੇ ਦੀ ਕੁੰਜੀ ਜਰਨੈਲ ਨੂੰ ਫੜਾ ਗਿਆ ਸੀ ਸ਼ਾਇਦ ਪਾਣੀ ਪੀਣਾ ਹੋਵੇ। ਮੰਡੀ 'ਚ ਬੇਮਤਲਬ ਫਿਰਦਿਆਂ ਤੁਰਦਿਆਂ ਜਦ ਉਹ ਮੁੜ ਕੇ ਆਇਆ ਸੀ, ਪਤਾ ਨੀ 2 ਦਿਨਾਂ ਦਾ ਉਹਦੇ ਦਿਮਾਗ 'ਚ ਕੀ ਚੱਲਦਾ ਤੇ ਕੋਠੇ ਵਿੱਚ ਜਾ ਕੇ ਸੰਤ ਨੇ ਦਾਤੀ ਦੀ ਚੁੰਝ ਨਾਲ ਡੱਬੀ ਖੋਲ ਲਈ।
ਡੱਬੀ ਖੋਲਦਿਆਂ ਉਹਨੂੰ ਖਾਸਾ ਚਿਰ ਲੱਗ ਗਿਆ, ਨਾਲ ਹੀ ਨਾਲ ਜਿਵੇਂ ਉਹਨੂੰ ਘੂਕੀ ਜੀ ਚੜੀ ਹੋਵੇ। ਉਹਨੇ ਪਾਣੀ ਦਾ ਗਲਾਇਆ, ਦੋ ਗੋਲੀਆਂ ਜੀਭ ਤੇ ਰੱਖ ਕੇ ਲਿਆਂਦੀ ਦਵਾਈ ਦੇ ਅੰਦਰ ਸਿੜਤੀਆਂ। ਦਿਆਲੋ ਨੇ ਉਹਨੂੰ ਗਈ ਰਾਤ ਤੱਕ ਉਡੀਕਿਆ, ਬਾਰ ਬਾਰ ਮੁੰਡਿਆਂ ਨੂੰ ਕਹਿੰਦੀ ਪਤਾ ਕਰੋ ਵੀ ਆਪਦੇ ਪਿਓ ਦਾ ਕਿੱਥੇ ਬੈਠਾ, ਹੁਣ ਤਾਂ ਇੰਨਾ ਹਨੇਰਾ ਤਾਂ ਉਹਨੇ ਕਦੇ ਨੀ ਕੀਤਾ। ਸਾਰਾ ਦਿਨ ਦੇ ਕੰਮ ਦੇ ਥੱਕੇ ਨੀਂਦ ਚੜੀ ਹੋਈ ਬੇਬੇ ਜਦੋਂ ਸਿਰਾਂ ਤੇ ਆ ਖੜੀ ਬੋਲਣ ਲੱਗੀ ਤਾਂ ਦੋਨੇ ਮੁੰਡੇ ਟਾਰਚ ਲੈ ਕੇ ਮੁੜ ਤੇ ਗਏ। ਬਾਪੂ ਉਵੇਂ ਦਾ ਉਵੇਂ ਨੀ ਬੂ ਥੱਲੇ ਚਾਦਰ ਤੇ ਪਿਆ ਸੀ। ਦੇਖਿਆ ਬਾਪੂ ਥੱਲੇ ਅੱਧੀ ਚਾਦਰ ਹੈ, ਬਾਕੀ ਚਾਦਰ ਵਿੱਚ ਵਾਟੀ ਵੱਟ ਨੇ। ਕੋਠੇ ਅੰਦਰ ਗਏ ਤਾਂ ਪਾਣੀ ਦੇ ਤੌੜੇ ਕੋਲ ਚੱਪਣ ਉੱਤੇ ਸਲਫਾਸ ਦੀ ਖੁੱਲੀ ਡੱਬੀ ਪਈ ਸੀ। ਧਾ ਮਾਰ ਕੇ ਪੁੱਤ ਜਦ ਬਾਪੂ ਕੋਲ ਆਏ, ਧਰਤੀ ਦਾ ਦਰਵੇਸ਼ ਧਰਤੀ ਦੇ ਵਿੱਚ ਰਮਿਆ ਪਿਆ ਸੀ।